ਇਹਦੇ ਹੋਰ ਸੀ ਲੋਰੀਆਂ ਦਾ ਲਾਮਾ ਲਾਉਣ ਵਾਸਤੇ ਡੇਰਾ ਬਣਾਇਆ। ਤਾਂ ਲੋਕੀ ਕਹਿੰਦੇ ਨੇ ਦਰਿਆਓ ਪਾਰ ਨਹੀਂ ਆਉਂਦੇ ਲੋਰੀਏ, ਤੈਨੂੰ ਮਿਲਣਾ ਆ ਕੇ ਦਰਿਆਓ ਪਾਰ ਹੀ ਅਸੀਂ ਬੇਫਿਕਰ ਆ। ਠੀਕ, ਅੱਛਾ ਨੈਕਸਟ ਆਪਣਾ ਗੋਲ ਕੀ ਹੈ, ਕਦੋਂ ਤੋਂ ਸਟਾਰਟ ਕਰਦੇ ਪਿਓ ਕੰਮ ਨੂੰ? ਐ ਹੁਣੀ ਸ਼ੁਰੂ ਹੈ। ਅੱਛਾ ਇਹ ਕਬੂਤਰ ਤੈਨੂੰ ਕਿ ਨਵੇਂ ਕੋਰੇ ਕਬੂਤਰ ਨੇ ਯਾਰ, ਜੋੜੇ ਵਾਲੇ ਪੱਠੀਆਂ ਪੱਠੇ ਲਿਆ ਕੇ ਪੁੱਟ ਦਿੱਤੇ, ਹੁਣ ਦੇਖੋ ਦੁਆ ਕਰੋ ਕੋਈ ਸਵਾਬ ਬਣ ਜਾਵੇ, ਕੋਈ 12-14-15 ਕਬੂਤਰ ਬਣ ਗਏ ਨਾ, 11-12 ਵਜੇ ਇਨਸ਼ਾਅੱਲਾ ਅਸੀਂ ਜੁੜਾਂਗੇ ਕਬੂਤਰ ਬਣ ਨਾ। ਨਹੀਂ ਅਸੀਂ ਭਲਵਾਨਾਂ ਦਾ ਵੱਡਿਆਂ ਨਹੀਂ ਹੈ, ਹਰੀਏ ਭਾਵੇਂ ਜਿੱਤੀਏ, ਚਲੋ ਹਰਾਂਗੇ ਵੀ ਤੇ ਕਿਸੇ ਭਲਵਾਨ ਕੋਈ ਹਰਾਂਗੇ ਨਾ। ਸਹੀ ਗੱਲ ਹੈ, ਕਿਸੇ ਮਾੜੇ ਕੋਲ ਤਾਂ ਨਹੀਂ ਹਰਾਂਗੇ, ਉਹਨੂੰ ਜਿੱਤ ਲਿਆ ਤਾਂ ਕੀ ਜਿੱਤਿਆ? ਸਹੀ ਗੱਲ ਹੈ, ਕਿਸੇ ਸਾਹਮਣੇ ਨੂੰ ਜਿੱਤਾਂਗੇ, ਚਲੋ ਗੋਲਡ ਮੈਡਲ ਨਹੀਂ ਮਿਲੇਗਾ ਤੇ ਕੱਪ ਤੇ ਮਿਲੇਗਾ ਨਾ, ਸਿਲਵਰ ਮੈਡਲ ਮਿਲ ਜਾਏ। ਹਾਂ ਤੇ ਲਿਆਦਾ ਇਹ ਬਣਾਈ ਛੱਤ ਅਸੀਂ ਭਲਵਾਨਾਂ। ਕਿਆ ਬਾਤ ਹੈ, ਲਾਹੌਰ ਦੇ ਨਹੀਂ ਬਾਹਰਲੇ ਭਲਵਾਨਾਂ? ਨਹੀਂ ਦਰਿਆਓ ਪਾਰ, ਦਰਿਆਓ ਪਾਰ, ਹੁਣ ਦਰਿਆਓ ਪਾਰ ਵਾਲਿਆਂ ਨੂੰ ਲਾਹੌਰੀਆਂ ਨੇ ਮਿਲਣਾ। ਅੱਛਾ ਉਸਤਾਦ ਜੀ, ਇੱਕ ਹੁੰਦੇ ਨੇ ਨਾ ਕਬੂਤਰ ਛੱਤ ਦੇ ਉੱਤੇ ਪਹਿਲੇ ਦੇ ਮੌਜੂਦ ਨੇ, ਬੰਦਾ ਫਿਰ ਤਾਂ ਲੈ ਰਿਹਾ ਕਬੂਤਰ, 2-2 ਸਾਲੇ 3-3 ਸਾਲੇ ਪੁਰਾਣੇ ਵੀ ਮੌਜੂਦ ਹੈ, ਤੁਹਾਡੀ ਛੱਤ ਬਿਲਕੁਲ ਨਵੀਂ ਕੋਰੀ ਕੋਰੀ? ਹਾਂ ਕਬੂਤਰ ਕੋਰੇ ਸਾਰੇ, ਪੱਠੀਆਂ ਪੱਠੇ ਜਾ ਕੇ ਵੀ ਇਹਦਾ ਟੇਪਾ ਲਾ ਕੇ ਛੱਡੇ, ਕਿਸ ਤਰ੍ਹਾਂ ਇਹਨਾਂ ਨੂੰ ਬਣਾਓਗੇ, ਕਿਸ ਤਰ੍ਹਾਂ ਇਹਨਾਂ ਨੂੰ ਗੇੜੋਗੇ? ਸਭ ਤੋਂ ਪਹਿਲੇ ਪੱਕਾ ਕਰਨਾ ਇੱਕ ਗੋਲ, ਸਾਰੇ ਇਹ ਐਵੇਂ ਗੱਲਾਂ ਜੀ, ਜਿਹੜਾ ਕਬੂਤਰ 4 ਦਿਨ ਗੇੜੇ ਮਾਰ ਕੇ ਘਰ ਬਹਿ ਗਿਆ ਉਹ ਪੱਕਾ ਹੋ ਗਿਆ, ਜਿਹੜਾ ਸਮਾਨ ਜਾ ਕੇ ਵਾਪਸ ਘਰ ਆ ਗਿਆ ਪੱਕਾ ਹੋ ਗਿਆ। ਸਹੀ, ਤੇ ਕਬੂਤਰ ਤੇ ਚੱਲਿਆ ਹੀ ਬੜਾ ਭੈੜਾ, ਕਬੂਤਰ ਤੇ ਚੱਲ ਪਵੇ ਤੇ ਫਿਰ ਉਹਨੂੰ ਕੋਈ ਅਕਲਾ ਉਕਲਾ ਦੀ ਲੋੜ ਨਹੀਂ ਹੁੰਦੀ, ਉਹ ਆਪ ਆਟੋਮੈਟਿਕਲੀ ਚੱਲ ਪੈਂਦਾ। ਹੁਣ ਅਸੀਂ ਛੱਡਣੇ, ਅਸੀਂ 10 ਦਿਨਾਂ ਬਾਅਦ ਇਹਨਾਂ ਗੇੜਨਾ ਸ਼ੁਰੂ ਕਰ ਦੇਣਾ, ਕਾ ਸਮਝ ਲਿਓ, ਹੁਣ ਤੂੰ ਪਲਵਾ ਰਹੇ ਬਾਹਰ ਛੱਡ ਕੇ ਟੇਪਾਂ ਲਾ ਕੇ, 10 ਦਿਨਾਂ ਬਾਅਦ ਇਹਨਾਂ ਖੋਲ ਕੇ ਤੇ ਗੇੜਨਾ ਸ਼ੁਰੂ ਕਰ ਦੇਗਾ, ਆਪੇ 15-20 ਦਿਨਾਂ 'ਚ ਸੈੱਟ ਹੋ ਜਾਣਗੇ। ਲੋਕੇਸ਼ਨ ਵੀ ਤੁਹਾਡੀ ਮਾਸ਼ਾਅੱਲਾ ਬੜੀ ਅੱਛੀ ਹੈ। ਹਾਂਜੀ, ਇਹੀ ਅਡਵਾਂਟੇਜ ਲੈ ਰਹੇ ਆ ਨਾ, ਤਾਂ ਤੇ ਅਸੀਂ ਕੋਸ਼ਿਸ਼ ਕਰਨ ਦੇ ਕਿ ਅਗਲਾ ਸੀਜ਼ਨ ਤੁਰ ਕੇ ਖੇਡੀਏ, ਕਾ ਸਮਝ ਲਿਓ। ਜੇਠ ਵੀ ਉਡਾਓਗੇ ਇਨਸ਼ਾਅੱਲਾ? ਮੇਰੇ ਕਬੂਤਰ ਇਸ ਕਾਬਲ ਹੈਗੇ ਨੇ ਕਿ ਇਹਨਾਂ ਨੂੰ ਗਜਾ ਲਿਆ, ਗਿੜੇ ਪਾ ਲਿਆ, ਇਹ ਗਿੜੇ ਪੈ ਗਏ ਤੇ ਫਿਰ ਰੁਕਣ ਵਾਲੇ ਨਹੀਂ ਹੈਗੇ। ਵਾਹ, ਉਹ ਤੁਸੀਂ ਦੇਖ ਲਿਆ ਰਿਜ਼ਲਟ ਤੁਹਾਡੇ ਕੋਲ ਹੈ। ਸਹੀ ਗੱਲ ਹੈ, ਉਹਦੇ ਉਸ ਸਾਲ ਦੀ ਮਾਨ ਲੱਗਾ ਸੀ ਕਿ ਤੁਹਾਡੇ ਐਤਕੀ ਵੀ ਮਾਸ਼ਾਅੱਲਾ, ਇਹ ਜਿਹੜੇ ਪਿਛਲਾ ਤਵਾਰ ਲੱਗਾ, ਜਿਹੜੇ ਉਸਤਾਦ ਕਹਿੰਦੇ ਸੀ ਤੁਹਾਡੇ ਕਬੂਤਰ ਐਵੇਂ ਢਾਂਗੀ ਵਾਲੇ ਨੇ, ਢਾਂਗੀ ਵਾਲੇ ਉਡਾਉਂਦੇ ਹੋ, ਇਹ ਜੀ ਇਹ ਦਰਸ਼ਨੀ ਭਲਵਾਨ ਨੇ, ਇਹ ਉਹਨਾਂ ਨੂੰ ਵਹਾਇਆ ਸੀ। ਹਾਂ, ਤੁਹਾਡਾ ਮਾਸ਼ਾਅੱਲਾ ਪੂਰਾ ਦੀਨਾ ਸਰਾਇ ਆਲਮਗੀਰ।